लोकसभा ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ-ਨਾਲ ਸਿਆਸੀ ਸਰਗਰਮੀਆਂ ਨੇ ਵੀ ਪੂਰਾ ਜ਼ੋਰ ਫੜਿਆ ਹੋਇਆ ਤੇ ਇਸ ਦੇ ਚੱਲਦਿਆਂ ਲੋਕ ਸੰਭਾ ਪਾਰਟੀ ਦੇ ਪ੍ਰਧਾਨ ਸਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਟਕਸਾਲੀ ਨਾਲ ਗੱਟ ਜੋੜਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਸਦ ਭਗਵੰਤ ਮਾਨ ਲਗਾਤਾਰ ਝੂਠ ਬੋਲ ਰਹੇ ਹਨ ਜਲੰਧਰ ਪੂਜੇ ਬੈਂਸ ਨੇ ਕਿਹਾ ਕਿ ਜੇਕਰ ਦੋਹਾਂ ਦਾ ਗੱਟ ਜੋੜ ਹੋ ਜਾਂਦਾ ਤਾਂ ਦੋਹਾਂ ਨੂੰ ਜ਼ਮੀਨੀ ਹਕੀਕਤ ਪਤਾ ਲੱਗ ਜਾਣੀ ਸੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਹੈ ਇਸ ਦੇ ਨਾਲ ਹੀ ਉਹਨਾਂ ਨੇ ਇੱਛਾ ਜਤਾਈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਕਾਲੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤੰਜ ਕਰਦੇ ਹਾਂ ਸਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿੰਨਾ ਲੋਕ ਸਭਾ ਚੌਣਾ ਵਿੱਚ ਸੁਖਬੀਰ ਸੈਨਾ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰਨਗੇ ਡੁੱਬਦਾ ਬੰਦਾ ਮਰਦਾ ਕੀ ਨਾ ਕਰਦਾ ਡੁੱਬਦਾ ਬੰਦਾ ਤੁਹਾਡੇ ਸਵਾਲਾਂ ਦਾ ਇਹੀ ਜਵਾਬ ਦਊਗਾ ਆਵਾਜ਼ੇ ਖਲਕ ਨਗਾੜਾ ਇਹ ਖੁਦਾ ਅੱਜ ਪੂਰੀ ਦੁਨੀਆ 'ਚ ਵਸਦਾ ਇਕੱਲਾ ਪੰਜਾਬ ਦਾ ਪੰਜਾਬੀ ਨਹੀਂ ਪੂਰੀ ਦੁਨੀਆ 'ਚ ਵਸਦਾ ਪੰਜਾਬੀ ਇਹ ਗੱਲ ਭੱਲੀ ਭਾਂਤ ਜਾਣਦਾ ਕਿ ਸੁਖਬੀਰ ਬਾਦਲ ਅਕਾਲੀ ਦਲ ਨਹੀਂ ਸੁਖਬੀਰ ਬਾਦਲ ਜਿਹੜੀ ਅਕਾਲੀ ਦਲ ਤੋਂ ਹਟ ਕੇ ਸੁਖਬੀਰ ਸੈਨਾ ਦਾ ਰੂਪ ਧਾਰਨ ਕਰ ਗਈ ਤੇ ਉਹਦਾ ਹਾਲ ਹਸ਼ਰ ਪੰਜਾਬ ਦੇ ਵਿੱਚ ਕੀ ਹੋਣਾ ਵੋਟਾਂ ਪਾ ਲੈਣ ਦੇ ਤੁਸੀਂ ਕੌਣ ਕਿਹਦੀ ਜਮਾਨਤ ਜਬਤ ਕਰਾਉਂਦਾ ਇਹ ਪੰਜਾਬ ਦਾ ਵੋਟਰ ਤੈਅ ਕਰੂਗਾ ਸੁਖਬੀਰ ਬਾਦਲ ਨਹੀਂ ਪੰਜਾਬ ਡੈਮੋਕਰੈਟਿਕ ਕਲਾਈਐਂਸ ਜਿਹਦੇ ਵਿੱਚ ਸਾਡੇ ਜਲੰਧਰ ਤੋਂ ਕੈਂਡੀਡੇਟ ਭੋਜਨ ਸਮਾਜ ਪਾਰਟੀ ਦੇ ਲੋਕਿੰਗ ਸਾਫ ਪਾਰਟੀ ਖਹਿਰਾ ਸਾਹਿਬ ਗਾਂਧੀ ਜੀ ਅਰ ਸਾਡੇ ਕਾਮਰੇਡ ਸਾਥੀ ਸੀਪੀਆਈ ਸੀਪੀਐਮ ਫਿਰੋਜ਼ਪੁਰ ਸੀਟ ਚਾਏ ਉਹਨਾਂ ਦੇ ਪਾਰਟੀ ਨੂੰ ਗਈ ਆ ਕਾਮਰੇਡ ਸਾਥੀਆਂ ਨੂੰ ਗਈ ਆ ਪਰ ਜੇ ਬੀਬੀ ਹਰਸਿਮਰਤ ਕੌਰ ਬਾਦਲ ਉਥੋਂ ਸ਼ਿਫਟ ਕਰਦੇ ਆ ਪਹਿਲੀ ਜਿੱਤ ਹੋ ਗਈ ਸੁਖਪਾਲ ਖੈਰਾ ਦੀ ਜੇ ਬੀਬੀ ਹਰਸਿਮਰਤ ਕੌਰ ਬਾਦਲ ਫਰਜ ਕਰੋ ਫਿਰੋਜ਼ਪੁਰ ਆਉਂਦੇ ਐ ਜੈਸੀਆਂ ਚਰਚਾਵਾਂ ਨੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਦਾ ਆਵਾਮ ਮਾਫ ਨਹੀਂ ਕਰਨ ਲੱਗਿਆ ਲੋਕਨ ਸਾਹਿਬ ਪਾਰਟੀ ਦੀ ਕੋਰ ਕਮੇਟੀ ਸਿਮਰਜੀਤ ਬੈਂਸ ਨੂੰ ਕਹੋਗੇ ਨਾ ਫਿਰੋਜ਼ਪੁਰ ਚੱਲ ਤੇ ਉੱਥੇ ਜਾ ਕੇ ਖੰਡਾ ਖੜਕਾ ਕੇ ਆਵਾਂਗੇ ਭਗਵੰਤ ਮਾਨ ਜੀ ਸਾਡਾ ਭਰਾ ਹੈਗਾ ਭਗਵੰਤ ਮਾਨ ਇਹ ਕਹੂੰਗਾ ਵੀ ਬੜੇ ਬੇਤੁਕੇ ਬਿਆਨ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਬਸਪਾ ਵਾਸਤੇ ਲੋਕਾਂ ਦੇ ਅੰਦਰ ਫਵਾਹਾਂ ਛੱਡੀਆਂ ਚਰਚਾਵਾਂ ਜਨਮ ਦਿੱਤਾ ਵੀ ਬਸਪਾ ਦਾ ਐਲਾਈਅੰਸ ਸਾਡੇ ਨਾਲ ਹੋ ਰਿਹਾ ਇਥੋਂ ਸਾਫ਼ ਤੇ ਸਪਸ਼ਟ ਹੈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਆ ਫਿਰ ਟਕਸਾਲੀਆਂ ਦੇ ਨਾਲ ਜਿਹੜਾ ਗਠਜੋੜ ਸੀ ਅੱਜ ਉਹ ਵੀ ਕਲੀਅਰ ਹੋ ਗਿਆ ਵੀ ਕੋਈ ਗਠਜੋੜ ਨਹੀਂਗਾ ਮੇਰੀ ਤਾਂ ਮਨ ਦੀ ਇੱਛਾ ਸੀ ਭਗਵਾਨ ਪੂਰੀ ਕਰ ਦਿੰਦਾ ਵੀ ਆਮ ਆਦਮੀ ਪਾਰਟੀ ਤੇ ਟਕਸਾਲੀ ਇਕੱਠੇ ਹੁੰਦੇ ਇੱਕਠੇ ਹੋ ਕੇ 13 ਦੀਆਂ 13 ਸੀਟਾਂ ਲੜਦੇ। ਬੀਜਾ ਹੁਣ ਕਿਕਰਾਂ ਤੇ ਫਿਰ ਸ਼ੁਆਰੇ ਨਹੀਂ ਮਿਲਦੇ ਫਿਰ ਕੰਡੇ ਚੁਗਣੇ ਪੈਂਦੇ ਆ। ਪਤਾ ਤਾਂ ਲੱਗੇ ਨਾ ਹਰੇਕ ਪਾਰਟੀ ਨੂੰ, ਹਰੇਕ ਲੀਡਰ ਨੂੰ ਉਹਨੇ ਪੰਜਾਬ ਦੇ عوام ਲਈ ਕੀ ਕੀਤਾ? ਉਹਦੀ ਪੰਜਾਬ ਵਾਸਤੇ ਕੀ ਦੇਣ, ਕੀ ਕੰਟਰੀਬਿਊਸ਼ਨ ਹੈਗੀ ਐ? ਪਰ ਦੂਜੀ ਆਪਸ਼ਨ ਤੁਹਾਡੀ ਸੰਗਰੂਰ ਤੋਂ ਲਈ ਜਾ ਰਹੀ ਐ। ਮੈਂ ਉਹੀ ਕਹਿ ਰਿਹਾ ਅਸੀਂ ਇੱਕ ਹਫ਼ਤੇ ਜਿਹੜਾ ਅ ਅੱਜ ਸੰਡੇ ਹੈਗਾ, ਇੱਕ ਹਫ਼ਤੇ ਦੇ ਅੰਦਰ ਅਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਕੈਂਡੀਡੇਟ ਸਾਫ਼ ਸਪਸ਼ਟ ਤੌਰ ਤੇ ਐਲਾਨ ਕਰ ਦੇਵਾਂਗੇ। ਪਰ ਮੈਂ ਨਾਲ ਇਹ ਦੱਸੂਗਾ ਕਿ ਸਾਡੇ ਕੈਂਡੀਡੇਟ ਉਹ ਹੋਣਗੇ ਜਿਨ੍ਹਾਂ ਦੇ ਉੱਤੇ ਤੁਸੀਂ ਇੱਕ ਵੀ ਕੋਈ ਤਿੰਨ ਸਪੌਟ ਦੀ ਕੋਈ ਤੱਬਾ ਨਹੀਂ ਦਿਖੂਗਾ ਬੀਬੀ ਪਰਮਜੀਤ ਕੌਰ ਖਾਲੜਾ ਜੋਧਾ ਤੁਹਾਡੇ ਭਾਈਚਾਰੇ ਦੇ ਵਿੱਚੋਂ ਹੈਗਾ ਔਰ ਉਦੋਂ ਅੱਗੇ ਮਨਵਿੰਦਰ ਸਿੰਘ ਗਿਆਸਪੁਰਾ ਉਹ ਜੋਧਾ ਜਿਨੇ ਲੱਖਾਂ ਰੁਪਏ ਦੀ ਆਪਣੀ ਨੌਕਰੀ ਠਗਰਾ ਕੇ ਹੋਂਦ ਚੱਲਣ ਕਾਂਡ ਅੰਜਾਮ ਤੇ ਲੈ ਕੇ ਗਿਆ ਬੀਬੀ ਖਾਲੜਾ ਨੇ ਸਿਰ ਦਾ ਸਾਂਝ ਗਵਾਇਆ ਹਿਊਮਨ ਰਾਈਟਸ ਵਾਸਤੇ ਮੁਰਖੇ ਅਧਿਕਾਰਾਂ ਦੀ ਰਾਖੀ ਵਾਸਤੇ ਤੁਸੀਂ ਦੇਖੋਗੇ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਪੰਜਾਬ ਦੇ ਅੰਦਰ ਉਹ ਉਮੀਦਵਾਰ ਲੈ ਕੇ ਆਏਗਾ ਜਿਹੜਾ ਰਵਾਇਤੀ ਪੋਲਿਟਿਕਸ ਕਰਨ ਵਾਲੀਆਂ ਕਾਂਗਰਸ ਤੇ ਕਾਲੀ ਦਾ ਲੈਂਡ ਬੀਜੇਪੀ ਕਦੇ ਸੁਪਨੇ 'ਚ ਨਹੀਂ ਸੋਚ ਸਕਦੇ